ਹੈਲੋ एवरीवन होप सो ਤੁਹਾਡੀ ਤਿਆਰੀ ਬਹੁਤ ਵਧੀਆ ਚੱਲਦੀ ਹੋਏਗੀ ਤੇ ਕਾਫੀ ਦਿਨਾਂ ਬਾਅਦ ਮੈਂ ਲੈਕਚਰ ਜਿਹੜਾ ਡਿਲੀਵਰ ਕਰਦਾ ਪਿਆ ਮਾਂ ਤੇ ਬਿਜ਼ੀ ਹੋਣ ਕਰਕੇ ਮੈਂ ਕਲਾਸ ਲਗਾ ਨਹੀਂ ਸਕਿਆ ਤੇ ਹੁਣ ਜਿਹੜੀ ਡੇਲੀ ਬੇਸਿਸ ਤੇ ਤੁਹਾਨੂੰ ਕਲਾਸ ਜਿਹੜੀ ਆਜਿਆ ਕਰੇਗੀ ਜਾਂ ਇੱਕ ਦਿਨ ਛੱਡ ਕੇ ਇੱਕ ਦਿਨ ਕਲਾਸ ਜਿਹੜੀ ਮੈਂ ਤੁਹਾਡੀ ਜਾਂ ਲੈਕਚਰ ਜਿਹੜਾ ਡਿਲੀਵਰ ਕਰ ਦਿਆ ਕਰਾਂਗਾ ਤੇ ਅੱਜ ਦੀ ਜਿਹੜੀ ਕਲਾਸ ਹੋਏਗੀ ਉਹ ਹੈਗੀ ਐ ਐਮਸੀਕਿਊਜ਼ ਜਿਹੜੇ ਰਿਲੇਟਡ ਹੋਣਗੇ ਪਾਵਰ ਪਲਾਂਟ ਇੰਜੀਨੀਅਰਿੰਗ ਦੇ ਨਾਲ ਇਹਦੇ ਵਿੱਚੋਂ ਕਾਫੀ ਐਮਸੀਕਿਊਜ਼ ਜਿਹੜੇ ਆ ਪੇਪਰ ਦੇ ਵਿੱਚ ਆ ਜਾਂਦੇ ਨੇ ਤੇ ਇਸ ਕਰਕੇ ਇਹਦੀ ਜਿਹੜੀ ਸਮਝ ਤੁਹਾਨੂੰ ਜਾਂ ਇਹਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਇਸ ਲੈਕਚਰ ਦੇ ਵਿੱਚ 25 ਐਮਸੀਕਿਊਜ਼ ਡਿਸਕਸ ਕਰਾਂਗੇ ਪਾਵਰ ਪਲਾਂਟ ਇੰਜੀਨੀਅਰਿੰਗ ਦੇ ਨਾਲ ਹੀ ਰਿਲੇਟਡ ਹੋਣਗੇ ਤੇ ਜਿਹੜਾ ਅੱਜ ਦਾ ਇਹ ਟਾਪਿਕ ਹੈ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਕੁਐਸਚਨਸ ਨੇ ਮੈਂ ਲਗਭਗ ਸਾਰੇ ਕੁਐਸਚਨਸ ਨੇ ਉਹ ਥਰਮਲ ਪਾਵਰ ਪਲਾਂਟ ਦੇ ਨਾਲ ਰਿਲੇਟਡ ਨੇ ਓਕੇ ਥਰਮਲ ਪਾਵਰ ਪਲਾਂਟ ਦੇ ਨਾਲ ਓਕੇ ਤੇ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਫਰਸਟ ਕੁਐਸਚਨ ਤੋਂ ਜਿਹੜਾ ਕਿ ਬਹੁਤ ਬੇਸਿਕ ਕੁਐਸਚਨ ਹੈ ਦੀ ਫ੍ਰੀਕੁਐਂਸੀ ਆਫ ਵੋਲਟੇਜ ਜਨਰੇਸ਼ਨ ਇਨ ਇੰਡੀਆ ਹੁਣ ਘਰਾਂ ਦੇ ਜਿਹੜੀ ਸਪਲਾਈ ਆ ਰਹੀ ਹੈ ਉਹਦੀ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ ਉਹ ਹੁੰਦੀ ਹੈ 50 ਹਰਟਸ ਮਤਲਬ ਕਿ ਜਿਹੜੀ ਵੋਲਟੇਜ ਜਨਰੇਟ ਹੁੰਦੀ ਪਈ ਹੈ ਇੰਡੀਆ ਦੇ ਵਿੱਚ ਉਹਦੀ ਜਿਹੜੀ ਫ੍ਰੀਕੁਐਂਸੀ ਹੋਏਗੀ ਉਹ ਕਿੰਨੀ ਹੋਏਗੀ 50 ਹਰਟਸ ਓਕੇ ਪਹਿਲੇ ਦਾ ਕੁਐਸਚਨ ਹੈ ਸੀ ਆਪਸ਼ਨ ਕੀ ਹੈ ਆਪਸ਼ਨ ਕੀ ਹੈ ਪਹਿਲੇ ਦੀ ਸੀ 50 ਹਰਟਸ ਓਕੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਦੇਖਣ ਨੂੰ ਮਤਲਬ ਆਸਾਨ ਜਿਹਾ ਹੀ ਲੱਗਦਾ ਬਹੁਤ ਸਾਰੇ ਸਟੂਡੈਂਟਸ ਜਿਹੜੇ ਇਸ ਕੁਐਸਚਨ ਦੇ ਵਿੱਚ ਗਲਤੀ ਕਰਉਂਦੇ ਨੇ ਜਾਂ ਮਤਲਬ ਕੁਐਸਚਨ ਨਹੀਂ ਸਮਝ ਲੱਗਦਾ ਕਿਉਂਕਿ ਹੁੰਦਾ ਕੀ ਹੈ ਅਕਸਰ ਅਸੀਂ ਇਹ ਸੋਚ ਲੈਂਦੇ ਹਾਂ ਕਿ ਇੰਨਾ ਕੁ ਸੌਖਾ ਕੁਐਸਚਨ ਕਿੱਦਾਂ ਪੁੱਛ ਲਿਆ ਉਹਨਾਂ ਨੇ ਕਹਿੰਦਾ ਜੀ ਵੋਲਟੇਜ ਜਨਰੇਸ਼ਨ ਕਈ ਵਾਰ ਸੋਚ ਲੈਂਦੇ ਜੀ ਹੋ ਸਕਦਾ ਜੀ ਵੋਲਟੇਜ ਜ਼ਿਆਦਾ ਜਨ ਵੋਲਟੇਜ ਜਨਰੇਸ਼ਨ ਮਤਲਬ ਫ੍ਰੀਕੁਐਂਸੀ ਜਿਹੜੀ ਆ ਵੋਲਟੇਜ ਜਿਹੜੀ ਜਨਰੇਟ ਹੋ ਰਹੀ ਉਹਨੀ ਕਿੰਨੀ ਹੋਏਗੀ ਕਈ ਵਾਰ ਸੋਚ ਲੈਂਦੇ ਜੀ ਹੋ ਸਕਦਾ ਫ੍ਰੀਕੁਐਂਸੀ ਨੂੰ ਸਟੈਪ ਅਪ ਸਟੈਪ ਡਾਊਨ ਕਰਦੇ ਕਵਿਸ਼ਨ ਕੁਸ਼ਤੇ ਉਹਦੇ ਹਿਸਾਬ ਦੇ ਨਾਲ ਆਨਸਰ ਜਿਹੜਾ ਆਪਣੇ ਤਰੀਕੇ ਨਾਲ ਕਰ ਹੁੰਦੇ ਨੇ ਠੀਕ ਹੈ 50 ਹਰਟਜ਼ ਜਾਂ ਇੱਕ ਕੁਸ਼ਨ ਆ ਜਾਂਦਾ ਹੈ ਕਿ ਕਿੰਨੀ ਵੋਲਟੇਜ ਜਿਹੜੀ ਆ ਜਨਰੇਟ ਕਰਦੇ ਆ ਜਦੋਂ ਪਾਵਰ ਨੂੰ ਜਨਰੇਟ ਪਾਵਰ ਜਨਰੇਸ਼ਨ ਹੁੰਦੀ ਹੈ ਠੀਕ ਹੈ ਵੋਲਟ ਮਤਲਬ ਕਿ ਇਸ ਵੋਲਟੇਜ ਦੇ ਉੱਤੇ ਪਾਵਰ ਨੂੰ ਜਨਰੇਟ ਕਰਦੇ ਆ ਜਾਂ ਪ੍ਰੋਡਿਊਸ ਕਰਦੇ ਆ ਉਹ ਹੁੰਦਾ ਉਹਦਾ ਸਹੀ ਆਨਸਰ ਕੀ ਹੈ 11 ਕੇ ਓਕੇ ਨੈਕਸਟ ਕੁਸ਼ਨ ਏ ਬੇਸ ਲੋਡ ਆਫ ਅ ਪਾਵਰ ਸਟੇਸ਼ਨ ਸਟੈਂਡਸ ਫਾਰ ਬੇਸ ਲੋਡ ਠੀਕ ਹੈ بیس ਲੋਡ ਕਿਹੜਾ ਹੁੰਦਾ ਹੈ ਜਿਹੜਾ ਸਾਰਾ ਦਿਨ ਚੱਲਦਾ ਰਹਿੰਦਾ ਓਕੇ بیس ਲੋਡ ਕਿਹੜਾ ਹੁੰਦਾ ਹੈ ਜਿਹੜਾ ਸਾਰਾ ਦਿਨ ਚੱਲਦਾ ਰਹਿੰਦਾ ਹੈ ਥਰੂਆਊਟ ਦੀ ਡੇ ਠੀਕ ਹੈ ਜਿੱਦਾਂ ਕਿ ਹੁਣ ਇਹਦੇ ਵਿੱਚ ਆਪਸ਼ਨਸ ਨੇ 12 ਤੋਂ 24 ਘੰਟੇ 2 ਤੋਂ 4 8 ਤੋਂ 4 ਜਾਂ 8 ਤੋਂ 12 ਜਾਂ 4 ਤੋਂ 8 بیس ਲੋਡ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਲੋਡ ਮਤਲਬ ਹਮੇਸ਼ਾ ਰਹਿਣਾ ਹੀ ਰਹਿਣਾ ਹੈ ਠੀਕ ਹੈ ਉਹਨੂੰ ਕਹਿੰਦੇ ਨੇ بیس ਲੋਡ ਇਹਦੀ ਸਹੀ ਆਪਸ਼ਨ ਕੀ ਹੈ A 12 ਤੋਂ ਚੌਦਾਂ ਆਰਸ ਪਰ ਡੇ ਓਕੇ ਕੀ ਹੁੰਦਾ ਹੈ ਕਿ ਦੋ ਤਰ੍ਹਾਂ ਦੇ ਲੋਡ ਹੁੰਦੇ ਨੇ ਇੱਕ ਹੁੰਦਾ ਬੇਸ ਲੋਡ ਇੱਕ ਹੁੰਦਾ ਪੀਕ ਲੋਡ ਠੀਕ ਹੈ ਬੇਸ ਲੋਡ ਆ ਵਾਲਾ ਬੇਸ ਲੋਡ ਹੈ ਇਹ ਮਤਲਬ ਰਹਿਣਾ ਹੀ ਰਹਿਣਾ ਹੈ ਠੀਕ ਹੈ ਸਾਰਾ ਦਿਨ ਮਤਲਬ ਇਹ ਲੋਡ ਰਹੇਗਾ ਬਟ ਕਈ ਵਾਰੀ ਟਾਈਮ ਇਦਾਂ ਦਾ ਹੁੰਦਾ ਹੈ ਜਦੋਂ ਕਿ ਲੋਡ ਵੱਜ ਜਾਂਦਾ ਹੈ ਸਪੋਜ਼ ਕਰੋ ਆ ਲੋਡ ਇੱਥੇ ਆ ਗਿਆ ਫਿਰ ਇੱਕ ਟਾਈਮ ਤੋਂ ਬਾਅਦ ਫਿਰ ਲੋਡ ਵੱਜੇਗਾ ਠੀਕ ਹੈ ਇਸ ਲੋਡ ਨੂੰ ਕਹਿੰਦੇ ਨੇ ਪੀਕ ਲੋਡ ਇਸ ਲੋਡ ਨੂੰ ਕੀ ਬੋਲਦੇ ਨੇ ਇਹੜਾ ਬਲੈਕ ਮੈਂ ਕੀਤਾ ਬਲੈਕ ਸ਼ੇਡਿੰਗ ਕਰਦਾ ਪਿਆ ਮਾਂ ਇਹਨੂੰ ਕਹਿੰਦੇ ਨੇ ਪੀਕ ਲੋਡ ਠੀਕ ਹੈ ਇਹਨੂੰ ਕੀ ਬੋਲਦੇ ਨੇ ਪੀਕ ਲੋਡ ਓਕੇ ਇਹ ਕਿਹੜਾ ਹੋ ਗਿਆ ਬੇਸ ਲੋਡ ਠੀਕ ਹੈ ਥੈਨ ਇਹ ਕਿਹੜਾ ਲੋਡ ਹੋ ਗਿਆ ਪੀਕ ਲੋਡ ਠੀਕ ਹੈ ਪੀਕ ਲੋਡ ਜਿੱਦਾਂ ਸਵੇਰੇ ਲੋਡ ਪੈ ਜਾਏਗਾ ਜਾਂ ਸ਼ਾਮੀ ਜਦੋਂ ਸਕੂਲ ਤੋਂ ਛੁੱਟੀ ਹੁੰਦੀ ਹੈ ਸ਼ਾਮ ਵੇਲੇ ਜਾਂ ਮਤਲਬ ਜਦੋਂ ਆਫਿਸਰਸ ਤੋਂ ਛੁੱਟੀ ਹੁੰਦੀ ਹੈ ਸਾਰੇ ਲੋਕੀ ਘਰ ਆ ਜਾਂਦੇ ਨੇ ਉਸ ਟਾਈਮ ਜਿਹੜਾ ਲੋਡ ਵਧਦਾ ਹੈ ਕਿਉਂਕਿ ਘਰ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਕਿਸੇ ਟਾਈਮ ਵੀ ਪੀਕ ਲੋਡ ਆ ਸਕਦਾ ਹੈ ਜ਼ਰੂਰੀ ਨਹੀਂ ਆ ਮਤਲਬ ਕਿਸੇ ਟਾਈਮ ਹੀ ਪੀਕ ਲੋਡ ਆ ਸਕਦਾ ਹੈ ਮਤਲਬ ਜਿਹੜਾ ਕਿ ਜਿੰਨਾ ਲੋਡ ਚੱਲਦਾ ਪਿਆ ਹੈ ਮੰਨ ਲਓ ਕਿ 50 ਮੈਗਾਵਾਟ ਇੱਕ ਦਿਨ ਦਾ ਲੋਡ ਚੱਲਦਾ ਪਿਆ ਹੈ ਜੇ 55 ਮੈਗਾਵਾਟ ਹੋ ਜੇ ਕਿਸੇ ਟਾਈਮ ਵੀ ਜਿਹੜਾ 5 ਹੋਏਗਾ ਉਹ ਕੀ ਹੋ ਜਾਏਗਾ ਪੀਕ ਲੋਡ ਦਾ ਹਿੱਸਾ ਹੋ ਜਾਏਗਾ ਓਕੇ ਹੁਣ ਜਦੋਂ ਮੰਨ ਲਓ ਸਵੇਰੇ ਸਟੂਡੈਂਟਸ ਕਾਲਜ ਜਾਂ ਸਕੂਲ ਦੇ ਵਿੱਚ ਚੱਲ ਜਾਂਦੇ ਨੇ ਕੰਮ ਕਰਨ ਵਾਲੇ ਆਪਣੇ ਕੰਮਾਂ ਕਰਾਂਦੇ ਚੱਲ ਜਾਂਦੇ ਨੇ ਘਰ ਦੇ ਵਿੱਚ ਲੋਡ ਕੀ ਹੁੰਦਾ ਬਿਲਕੁਲ ਘਟ ਜਾਂਦਾ ਏ ਸ਼ਾਮ ਨੂੰ ਜਦੋਂ ਆਉਂਦੇ ਨੇ ਵਾਪਸ ਉਸ ਤੋਂ ਬਾਅਦ ਲੋਡ ਕੀ ਆ ਇਨਕਰੀਜ਼ ਹੋ ਜਾਂਦਾ ਏ ਕਿਉਂਕਿ ਹਰ ਬੰਦਾ ਰੂਮ ਦੇ ਵਿੱਚ ਕੋਈ ਟੀਵੀ ਦੇਖਦਾ ਪਿਆ ਏ ਉਦੋਂ ਫੈਨ ਵੀ ਸਾਰੇ ਚੱਲਣੇ ਆ ਜੇ ਗਰਮੀ ਦਾ ਮੌਸਮ ਏ ਲਾਈਟਸ ਵੀ ਚੱਲਣਗੀਆਂ ਰਾਤ ਦੇ ਸਮੇਂ ਓਕੇ ਇਹ ਸਾਰਾ ਕੁਝ ਕੀ ਆ ਇਹ ਆ ਜਾਂਦਾ ਪੀਕ ਲੋਡ ਦੇ ਵਿੱਚ ਓਕੇ ਪੀਕ ਤੇ ਬੇਸ ਤਾਂ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਵਾ ਠੀਕ ਹੈ ਬੇਸ ਲੋਡ ਕਿਹੜਾ ਹੁੰਦਾ ਜਦੋਂ ਅ 12 ਤੋਂ 24 ਘੰਟੇ ਦਾ ਜਿਹੜਾ ਲੋਡ ਹੁੰਦਾ ਹੈ ਉਹਨੂੰ ਕਹਿੰਦੇ ਨੇ ਮਤਲਬ ਜਿਹੜਾ ਚੱਲਦਾ ਰਹਿੰਦਾ ਹੈ ਇੱਕ ਸਾਰ ਚੱਲਦਾ ਰਹਿੰਦਾ ਹੈ ਜਿਹੜਾ ਲੋਡ 12 ਤੋਂ 24 ਘੰਟੇ ਤੱਕ ਰਵੇ ਠੀਕ ਹੈ ਨੈਕਸਟ ਕੀ ਆ ਵਿਚ ਆਫ ਦੀ ਫੋਲੋਇੰਗ ਪਾਵਰ ਪਲਾਂਟਸ employs ਦੀ ਰੈਨਕਾਇਨ ਸਾਈਕਲ ਠੀਕ ਹੈ ਰੈਨਕਾਇਨ ਸਾਈਕਲ ਕੀ ਹੁੰਦਾ ਹੈ ਪਹਿਲਾਂ ਆਪਾਂ ਦੇਖ ਲਈਏ ਇਹ ਨਾ ਪਾਵਰ ਪਲਾਂਟ ਦੇ ਨਾਲ ਰਿਲੇਟਡ ਹੈ ਓਕੇ ਪਾਵਰ ਪਲਾਂਟ ਦੇ ਨਾਲ ਰਿਲੇਟਡ ओके ਤੇ ਇਹ ਵਿਚ ਆਫ दी फॉलोइंग पावर प्लांट ਇਹ ਕਿਹੜੇ ਪਾਵਰ प्लांट ਦੇ ਨਾਲ ریلیਟਡ ਹੈ ਥਰਮਲ ਪਾਵਰ प्लांट ਦੇ ਨਾਲ ریلیਟਡ ਹੈ ਕਿਹੜੇ ਪਾਵਰ प्लांट ਦੇ ਨਾਲ ریلیਟਡ ਹੈ ਟਰਮ ਥਰਮਲ ਪਾਵਰ प्लांट ਥਰਮਲ ਪਾਵਰ प्लांट ਦੇ ਨਾਲ ਇਹ ریلیਟਡ ओके नेक्स्ट ਵਿਚ ਆਫ देम इज पीक लोड स्टेशन ਇਹਨਾਂ ਦੇ ਵਿੱਚੋਂ ਕਿਹੜਾ पीक लोड स्टेशन ਹੈ ਆਲ ਆਫ ਥੈਮ ਠੀਕ ਹੈ ਪੀਕ ਲੋਡ ਸਟੇਸ਼ਨ ਕਿਹੜੇ ਆ ਜਿਹੜੇ ਇੱਕਦਮ ਮਤਲਬ ਆਪਾਂ ਸਟਾਰਟ ਕਰ ਸਕਦੇ ਆ ਮਤਲਬ ਲੋਡ ਪਿਆ ਨਾਲ ਦੀ ਨਾਲ ਹੀ ਜਿਨ੍ਹਾਂ ਨੂੰ ਸਟਾਰਟ ਕਰਤਾ ਹੁਣ ਰਨ ਰਨ ਆਫ ਰਿਵਰ ਪਲਾਂਟ ਇਹ ਵੀ ਪੀਕ ਲੋਡ ਹੈ ਠੀਕ ਹੈ ਪੀਕ ਲੋਡ ਪਲਾਂਟ ਹੀ ਹੈ ਓਕੇ ਤੇ ਉਸ ਤੋਂ ਬਾਅਦ ਡੀਜ਼ਲ ਸਟੇਸ਼ਨਸ ਜੋ ਡੀਜ਼ਲ ਤੁਸੀਂ ਦੇਖੇ ਹੋਣੇ ਜਿਹੜੇ ਜਨਰੇਟਰ ਵਗੈਰਾ ਹੁੰਦੇ ਨੇ ਉਹ ਆਪਾਂ ਇੱਕਦਮ ਹੀ ਉਹਨੂੰ ਲਿਆ ਸਕਦੇ ਯੂਜ਼ ਦੇ ਵਿੱਚ ਜੇ ਸਾਨੂੰ ਹੁਣੇ ਜ਼ਰੂਰਤ ਪੈ ਜਾਏ ਜਨਰੇਟਰ ਨੂੰ ਤੁਸੀਂ ਇੰਜਨ ਨੂੰ ਇੰਜਨ ਦੇ ਨਾਲ ਜਨਰੇਟਰ ਨੂੰ ਤੁਸੀਂ ਸਟਾਰਟ ਕਰ ਸਕਦੇ ਜੇ ਠੀਕ ਹੈ ਜਦੋਂ ਇੱਕ ਵਾਰ ਇੰਜਨ ਸਟਾਰਟ ਹੋ ਗਿਆ ਆਲਟਰਨੇਟਰ ਘੁੰਮਣਾ ਸਟਾਰਟ ਕਰ ਗਿਆ ਉਹਨੇ ਆਉਟਪੁੱਟ ਦੇ ਦੇਣੀ ਹੈ ਇਸੇ ਤਰੀਕੇ ਨਾਲ ਜਿਹੜਾ ਸਮਾਲ ਥਰਮਲ ਪਾਵਰ ਪਲਾਂਟ ਹੁੰਦੇ ਨੇ ਇਹ ਵੀ ਪੀਕ ਲੋਡ ਸਟੇਸ਼ਨ ਹੀ ਹੁੰਦੇ ਨੇ ਮਤਲਬ ਜਿਹੜੇ ਇਨਸਟੈਂਟਲੀ ਆਪਾਂ ਇਲੈਕਟ੍ਰੀਕਲ એનર્ਜੀ ਜਨਰੇਟ ਕਰਨ ਦੇ ਲਈ ਸਟਾਰਟ ਕਰ ਸਕਦੇ ਹਾਂ ਓਕੇ ਨੈਕਸਟ ਆ ਜਨਰੇਟਿੰਗ ਸਟੇਸ਼ਨ ਹੈਵਿੰਗ ਅ ਹਾਈ ਇਨਵੈਸਟਮੈਂਟ ਕਾਸਟ ਐਂਡ ਲੋ ਆਪਰੇਟਿੰਗ ਕਾਸਟ ਇਜ਼ ਯੂਸਲੀ ਆਪਰੇਟਡ ਐਸ ਜਿਹਦੀ ਇਨਵੈਸਟਮੈਂਟ ਕਾਸਟ ਹਾਈ ਏ ਬਟ ਆਪਰੇਟਿੰਗ ਕਾਸਟ ਲੋ ਲੋਏ ਠੀਕ ਹੈ ਆਪਰੇਟਿੰਗ ਕਾਸਟ ਲੋ ਆਪਰੇਟਿੰਗ ਕਾਸਟ ਹੈ ਤੇ ਉਹਨੂੰ ਆਪਾਂ ਕਿਸ ਕਿਸ ਤਰੀਕੇ ਦੇ ਨਾਲ ਵਰਤਾਂਗੇ ਮੰਨ ਲਓ ਉਹਨੂੰ ਆਪਾਂ ਬੇਸ ਲੋਡ ਸਟੇਸ਼ਨ ਦੀ ਤਰ੍ਹਾਂ ਵਰਤਾਂਗੇ ਜਾਂ ਪੀਕ ਲੋਡ ਸਟੇਸ਼ਨ ਦੀ ਤਰ੍ਹਾਂ ਵਰਤਾਂਗੇ ਜਾਂ ਫਿਰ ਮੀਡੀਅਮ ਲੋਡ ਸਟੇਸ਼ਨ ਦੀ ਤਰ੍ਹਾਂ ਵਰਤਾਂਗੇ ਜਾਂ ਫਿਰ ਫਾਸਟ ਲੋਡ ਸਟੇਸ਼ਨ ਦੀ ਵਰਤਾਂਗੇ ਹੁਣ ਜੇ ਹੁਣ ਤੁਹਾਨੂੰ ਮੈਂ ਦੱਸਿਆ ਹੈ ਕਿ ਜਿਹੜਾ ਪੀ ਬੇਸ ਲੋਡ ਹੈ ਸਾਰਾ ਦਿਨ ਹੀ ਰਹਿੰਦਾ ਹੈ ਬੇਸ ਲੋਡ ਉਹ ਲੋਡ ਹੁੰਦਾ ਜਿਹੜਾ ਪਿਆ ਹੈ ਹੀ ਰਹਿਣਾ ਵਾ ਮਤਲਬ ਸਟੇਸ਼ਨ ਦੇ ਉੱਤੇ ਹਮੇਸ਼ਾ ਰਹਿਣਾ ਹੈ ਉਹਨੂੰ ਕਹਿੰਦੇ ਨੇ ਬੇਸ ਲੋਡ ਠੀਕ ਹੈ ਤੇ ਬੇਸ ਲੋਡ ਪੀਕ ਲੋਡ ਜਿਹੜਾ ਕਦੀ ਕਦੀ ਪੈਂਦਾ ਏ ਠੀਕ ਹੈ ਜਦੋਂ ਇਲੈਕਟ੍ਰਿਸਿਟੀ ਦੀ ਡਿਮਾਂਡ ਵਧੀ ਉਦੋਂ ਮੰਨ ਲਓ ਹੁਣੇ ਬਾਰਿਸ਼ ਆ ਜਾਏਗੀ ਤੇ ਪੀਕ ਲੋਡ ਦੀ ਜੇ ਮੰਨ ਲਓ ਗਰਮੀ ਬਹੁਤ ਜ਼ਿਆਦਾ ਪੈ ਰਹੀ ਏ ਠੀਕ ਹੈ ਸ਼ਾਮ ਨੂੰ ਬੇਸ ਪੀਕ ਲੋਡ ਏ ਠੀਕ ਹੈ ਜੇ ਥੋੜਾ ਜਿਹਾ ਵੀ ਮੌਸਮ ਚੇਂਜ ਹੋਏਗਾ ਆਪਾਂ ਏਸੀ ਨਹੀਂ ਚਲਾਵਾਂਗੇ ਜਾਂ ਫਿਰ ਜੇ ਸਰਦੀਆਂ ਦੀ ਗੱਲ ਵਾ ਤੇ ਮੌਸਮ ਵਧੀਆ ਹੋ ਗਿਆ ਬਾਹਰ ਧੁੱਪ ਧੁੱਪ ਲੱਗੀ ਤੇ ਆਪਾਂ ਮਤਲਬ ਹੀਟਰ ਵਗੈਰਾ ਨਹੀਂ ਚਲਾਵਾਂਗੇ ਓਕੇ ਤੇ ਉਹਦਾ ਮਤਲਬ ਕੀ ਹੁੰਦਾ ਏ ਕਿ ਉਹ ਕਦੀ ਕਦੀ ਪੈਣਾ ਹੁੰਦਾ ਹੈ ਪੀਕ ਲੋਡ ਠੀਕ ਹੈ ਦਿਨ ਦੇ ਵਿੱਚ 2 ਜਾਂ 3 ਘੰਟੇ ਲੋਡ ਪੈ ਜਾਏਗਾ ਠੀਕ ਹੈ ਉਹ ਜੇ ਉਹਦੀ ਆਪਰੇਟਿੰਗ ਕਾਸਟ ਆਈ ਵੀ ਹੋਏਗੀ ਮੈਟਰ ਨਹੀਂ ਕਰਦਾ ਬਟ ਜਿਹੜਾ ਬੇਸ ਲੋਡ ਹੈ ਸਾਰਾ ਦਿਨ ਚੱਲਣਾ ਹੁੰਦਾ ਹੈ ਇਸ ਕਰਕੇ ਇਹਦੇ ਲਈ ਆਪਾਂ ਉਹ ਇਨਵੈਸਟਮੈਂਟ ਉਹ ਪਲਾਂਟ ਲੈਣਾ ਹੈ ਜਿਹਦੇ ਵਿੱਚ ਆਪਾਂ ਹਾਈ ਇਨਵੈਸਟਮੈਂਟ ਕਾਸਟ ਹੋ ਜੇ ਕੋਈ ਮੈਟਰ ਨਹੀਂ ਕਰਦਾ ਬਟ ਉਹਦੀ ਜਿਹੜੀ ਆਪਰੇਟਿੰਗ ਕਾਸਟ ਆ ਉਹ ਕੀ ਹੋਣੀ ਚਾਹੀਦੀ ਹੈ ਲੋ ਹੋਣੀ ਚਾਹੀਦੀ ਹੈ ਓਕੇ ਨੈਕਸਟ ਆ ਪਾਰ ਜਨਰੇਸ਼ਨ ਆਫ ਥਰਮਲ ਪਾਵਰ ਪਲਾਂਟ ਇਸ ਬੇਸਡ ਓਨ ਰੈਨਕਾਈਨ ਸਾਈਕਲ ਇਹ ਮੈਂ ਉੱਪਰ ਵੀ ਦੱਸਿਆ ਹੀ ਰੈਨਕਾਈਨ ਸਾਈਕਲ ਠੀਕ ਹੈ ਵਿਚ ਪਾਵਰ ਪਲਾਂਟ ਮੀ ਟੇਕ ਸੈਵਰਲ ਡੇਸ ਟੂ ਸਟਾਰਟ ਅਪ ਐਂਡ ਸ਼ਟਡਾਊਨ ਠੀਕ ਹੈ ਇਨਾਂ ਚ ਕਿਹੜਾ ਪਲਾਂਟ ਏ ਜਿੰਨੂੰ ਟਾਈਮ ਲੱਗਦਾ ਏ ਸਟਾਰਟ ਕਰਨ ਦੇ ਲਈ ਵੀ ਕਿੰਨੇ ਦਿਨ ਲੱਜਦਾ ਏ ਜੇ ਅਮਲ ਕਿੰਨਾ ਸਮਾਂ ਲੱਜਦਾ ਏ ਉਸ ਤੋਂ ਬਾਅਦ ਸ਼ਟਡਾਊਨ ਕਰਨ ਦੇ ਲਈ ਵੀ ਉਹਨੂੰ ਟਾਈਮ ਲੱਗਦਾ ਏ ਉਹ ਕਿਹੜਾ ਪਲਾਂਟ ਏ ਬੀ ਸਲੋ ਠੀਕ ਹੈ 20 ਲੋਡ ਕਿਉਂਕਿ ਪੀਕ ਲੋਡ ਨੂੰ ਤਾਂ ਆਪਾਂ ਇਨਸਟੈਂਟਲੀ ਸਟਾਰਟ ਕਰਨਾ ਹੈ ਹੁਣੇ ਜਰੂਰਤ ਪੈ ਜੇ ਕਿ ਮਤਲਬ 5 ਮੈਗਾਵਾਟ ਦੀ ਜਰੂਰਤ ਐਕਸਟਰਾ ਪੈ ਜੇ ਤੇ ਉਹ ਆਪਾਂ ਪੀਕ ਲੋਡ ਪਲਾਂਟ ਤੇ ਲਾਵਾਂ ਨੈਕਸਟ ਵਿਚ ਆਫ ਦੀ ਫੋਲੋਇੰਗ ਇਜ਼ ਯੂਸੂਲੀ ਨਾਟ ਦੀ ਜਨਰੇਟਿੰਗ ਵੋਲਟੇਜ ਇਹਨਾਂ ਦੇ ਵਿੱਚੋਂ ਕਿਹੜੀ ਵੋਲਟੇਜ ਹੈ ਜਿਹੜੀ ਜਨਰੇਟਿੰਗ ਵੋਲਟੇਜ ਨਹੀਂ ਹੈ ਠੀਕ ਹੈ 9.9 6.6 ਵੀ ਜਨਰੇਟ ਕਰ ਲੈਣੇ ਆ ਪਰ ਜ਼ਿਆਦਾਤਰ ਜਿਹੜੀ ਇਲੈਕਟ੍ਰੀਕਲ એનર્ਜੀ ਜਨਰੇਟ ਹੁੰਦੀ ਹੈ ਉਹ ਹੁੰਦੀ ਹੈ 11 ਕੇਵੀ ਦੇ ਉੱਤੇ ਇਹ 13.2 KB ਤੇ ਵੀ ਇਲੈਕਟ੍ਰੀਕਲ એનર્ਜੀ ਨੂੰ ਜਨਰੇਟ ਕਰ ਸਕਦੇ ਆ ਠੀਕ ਹੈ 11 KB ਤੇ ਵੀ 6.6 ਤੇ ਵੀ ਕਰ ਸਕਦੇ ਆ ਓਕੇ ਬਟ ਜਿਹੜਾ 9.9 ਆ ਇਹ ਕੋਈ ਵੀ ਮਤਲਬ ਸਟੈਂਡਰਡ ਨਹੀਂ ਹੈਗਾ ਇਲੈਕਟ੍ਰੀਕਲ એનર્ਜੀ ਨੂੰ ਕੈਲੋਕੈਵੋਲਟੇਜ ਤੇ ਜਨਰੇਟ ਕਰਨ ਲਈ ਓਕੇ ਨੈਕਸਟ ਇਨ ਅ ਥਰਮਲ ਪਾਵਰ ਪਲਾਂਟ ਇਕੋਨੋਮਾਈਜ਼ਰ ਇਸ ਯੂਜ਼ਡ ਟੂ ਹੀਟ ਇਹ ਕਿੰਨੂੰ ਹੀਟ ਕਰਦਾ ਹੈ ਫੀਡ ਵਾਟਰ ਨੂੰ ਹੁਣ ਇਕੋਨੋਮਾਈਜ਼ਰ ਦਾ ਕੰਮ ਕੀ ਹੁੰਦਾ ਹੈ ਇਹਦੇ ਵਿੱਚੋਂ ਨਾ ਇਦਾਂ ਦੀਆਂ ਭਾਈ ਬਣੀਆਂ ਹੁੰਦੀਆਂ ਨੇ ਠੀਕ ਹੈ ਇਕਨੋਮਾਈਜ਼ਰ ਠੀਕ ਹੈ ਇਹਦੇ ਪਾਈਪਸ ਤੇ ਲਾਗੋਂ ਫਲੂ ਗੈਸਿਸ ਨਿਕਲਦੀਆਂ ਨੇ ਫਲੂ ਗੈਸਿਸ ਦਾ ਮਤਲਬ ਜਿੱਦਾਂ ਬੋਇਲਰ ਦੇ ਵਿੱਚ ਜਦੋਂ ਕੋਲ ਕੰਬਸ਼ਨ ਹੁੰਦੀ ਆ ਨਾ ਤੇ ਵਿੱਚ ਧੂੰਆਂ ਜਿਹੜਾ ਨਿਕਲਦਾ ਏ ਉਹਨੂੰ ਆਪਾਂ ਫਲੂ ਗੈਸਿਸ ਬੋਲਦੇ ਆ ਉਹ ਗਰਮ ਬੜਾ ਹੁੰਦਾ ਏ ਉਹ ਫਿਰ ਆਹ ਪਾਈਪਾਂ ਦੇ ਲਾਗੋਂ ਉਹਨੂੰ ਕੱਢੀਦਾ ਏ ਤੇ ਇਹਨਾਂ ਪਾਈਪਾਂ ਦੇ ਵਿੱਚ ਉਹ ਪਾਣੀ ਫਲੋ ਕਰਦਾ ਏ ਜਿਹੜਾ ਪਾਣੀ ਅਸੀਂ ਬੋਇਲਰ ਨੂੰ ਦੇਣਾ ਹੁੰਦਾ ਏ ਠੀਕ ਹੈ ਜਿਹੜਾ ਪਾਣੀ ਅਸੀਂ ਬੋਇਲਰ ਨੂੰ ਦੇਣਾ ਹੁੰਦਾ ਏ ਮਤਲਬ ਕੀ ਆ ਜਿਹੜਾ ਪੁਆਇੰਟ ਇਹ ਉਹ ਮਤਲਬ ਹੀ ਸਾਇ ਥਰਮਲ ਪਾਵਰ ਪਲਾਂਟ ਦਾ ਜਿਹਦੇ ਵਿੱਚ ਜਿਹੜਾ ਪਾਣੀ ਆਪਾਂ ਦੇ ਰਹੇ ਆ ਬੋਇਲਰ ਨੂੰ ਉਹਨੂੰ ਹੀਟ ਅਪ ਕਰਦੇ ਪਏ ਹਾਂ ਗਰਮ ਕਰਦੇ ਪਏ ਹਾਂ ਠੀਕ ਹੈ ਇਸੇ ਹਿੱਸੇ ਦਾ ਨਾਮ ਹੈ ਇਕਨੋਮਾਈਜ਼ਰ ਇਸੇ ਹਿੱਸੇ ਨੂੰ ਕਹਿੰਦੇ ਨੇ ਇਕਨੋਮਾਈਜ਼ਰ ਫੀਡ ਵਾਟਰ ਨੂੰ ਇਹ ਗਰਮ ਕਰ ਦਿੰਦਾ ਹੈ ਠੀਕ ਹੈ ਕਿਹਦੀ ਹੈਲਪ ਦੇ ਨਾਲ ਫਲੂ ਗੈਸਿਸ ਦੇ ਨਾਲ ਜਿਹੜੀਆਂ ਕੰਬਸ਼ਨ ਤੋਂ ਬਾਅਦ ਮਤਲਬ ਜਦੋਂ ਤੇ ਆਪਣਾ ਗਰਮ ਹੁੰਦਾ ਏ ਜਿਹੜੀਆਂ ਗੈਸਿਸ ਗਰਮ ਗੈਸਿਸ ਨਿਕਲਦੀਆਂ ਨੇ ਉਹਦੇ ਨਾਲ ਠੀਕ ਹੈ ਨੈਕਸਟ ਹੈ ਦੀ ਪਾਰਟ ਆਫ ਦੀ ਸਟੀਮ ਪਾਵਰ ਪਲੈਂਟ दैट ਐਕਸਟ੍ਰੈਕਟ ਹੀਟ ਫਰੋਮ ਦੀ ਫਲੂ ਗੈਸਿਸ ਬਿਫੋਰ ਅਪਲਾਈਂਗ ਟੂ ਦੀ ਬੋਇਲਰ ਇਜ਼ ਦੀ ਠੀਕ ਹੈ ਪਾਰਟ ਉਹ ਕਿਹੜਾ ਪਾਰਟ ਹੈ ਜਿਹੜਾ ਹੀਟ ਨੂੰ ਐਕਸਟ੍ਰੈਕਟ ਕਰਦਾ ਹੈ ਹੀਟ ਨੂੰ ਐਕਸਟ੍ਰੈਕਟ ਕਰਦਾ ਹੈ ਕਿੱਥੋਂ ਫ੍ਰੋਮ ਫਲੂ ਗੈਸਿਸ ਫ੍ਰੋਮ ਫਲੂ ਗੈਸਿਸ ਬਿਫੋਰ ਅਪਲਾਈਂਗ ਟੂ ਦੀ ਟੂ ਦੀ ਬੋਇਲਰ ਇਜ਼ ਦੀ ਠੀਕ ਹੈ ਉਹ ਕਿਹੜਾ ਹੈ ਇਕੋਨੋਮਾਈਜ਼ਰ ਠੀਕ ਹੈ ਇਕੋਨੋਮਾਈਜ਼ਰ ਦੇ ਵਿੱਚ ਜਿਹੜੀਆਂ ਪਾਈਪਾਂ ਨੇ ਇਕੋਨੋਮਾਈਜ਼ਰ ਦੇ ਲਾਗੂ ਫਲੂ ਗੈਸਿਸ ਨਿਕਲੀਆਂ ਨੇ ਇਹਨੇ ਫਲੂ ਗੈਸਿਸ ਤੋਂ ਕੀ ਕੀਤਾ ਵਾ ਹੀਟ ਨੂੰ ਐਕਸਟ੍ਰੈਕਟ ਕਰ ਲਿਆ ਕੱਲ ਲਈ ਪਾਣੀ ਨੂੰ ਗਰਮ ਕਰਨ ਦੇ ਲਈ ਪਾਣੀ ਨੂੰ ਗਰਮ ਕਰਨ ਦੇ ਲਈ ओके ਇਹ ਚ ਕੋਈ ਪ੍ਰੋਬਲਮ ਤੇ ਨਹੀਂ ਕਿਉਂ ਕੁਐਸ਼ਨਸ ਸਾਰੇ ਹੀ ਮਤਲਬ ਹੈ ਇਜ਼ੀ ਨੇ ਛੋਟੇ ਛੋਟੇ ਕੁਐਸ਼ਨਸ ਨੇ ਕੋਈ ਇਹਦੇ ਵਿੱਚ ਔਖਾ ਕੰਮ ਨਹੀਂ ਹੈ ਠੀਕ ਹੈ ਨੈਕਸਟ ਨੈਕਸਟ 11 ਨੰਬਰ ਮਿਜ਼ਰ ਸ਼ੇਅਰ ਆਫ ਪਾਵਰ ਇਨ ਇੰਡੀਆ ਇਜ਼ ਪ੍ਰੋਡਿਊਸਡ ਥਰੂ ਯਾਤਰ ਜਿਹੜੀ ਪਾਵਰ ਹੈ ਉਹ ਆਪਾਂ ਕਿਸ ਤਰ੍ਹਾਂ ਕਿਸ ਪਲਾਂਟ ਦੇ ਨਾਲ ਪ੍ਰੋਡਿਊਸ ਕਰਦੇ ਹਾਂ ਠੀਕ ਹੈ ਇਸ ਚ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਥਰਮਲ ਪਾਵਰ ਪਲਾਂਟਸ ਨੇ ਠੀਕ ਹੈ ਥਰਮਲ ਪਾਰ ਪਲਾਂਟਸ ਠੀਕ ਹੈ ਇਸ ਪਲਾਂਟ ਦੇ ਥਰੂ ਆਪਾਂ ਲਗਭਗ ਇੰਡੀਆ ਦੇ ਵਿੱਚ 63% ਜਿਹੜੀ ਇਲੈਕਟ੍ਰੀਕਲ એનર્ਜੀ ਨੂੰ ਜਨਰੇਟ ਕਰਦੇ ਪਏ ਆ। ਦੈਨ ਆਉਂਦਾ ਹੈ ਸੈਕੰਡ ਨੰਬਰ ਤੇ ਹਾਈਡਰੋ ਇਲੈਕਟ੍ਰਿਕ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਠੀਕ ਹੈ। ਇਹਦੀ ਹੈਲਪ ਦੇ ਨਾਲ ਆਪਾਂ ਲਗਭਗ ਕੰਟ੍ਰਿਬਿਊਸ਼ਨ ਜਿਹੜੀ ਹੈਗੀ ਆ ਹਾਈਡਰੋ ਇਲੈਕਟ੍ਰਿਕ ਦੀ ਉਹ ਹੈਗੀ ਆ 13% ਠੀਕ ਹੈ। ਉਸ ਤੋਂ ਬਾਅਦ ਆ ਜਾਂਦੇ ਨੇ ਗੈਸ ਪਾਵਰ ਪਲਾਂਟ। ਕੀ ਆਉਂਦੇ ਨੇ ਗੈਸ ਪਾਵਰ ਪਲਾਂਟ ਠੀਕ ਹੈ ਇਹਨਾਂ ਆਪਾਂ ਲਗਭਗ 7% ਜਿਹੜੀ ਹੈ ਇਲੈਕਟ੍ਰੀਕਲ ਊਰਜਾ ਜਨਰੇਟ ਕਰਦੇ ਆਂ ਨੈਕਸਟ ਆ ਜਾਂਦੀ ਹੈ ਨਿਊਕਲੀਅਰ ਪਾਵਰ ਪਲਾਂਟ ਨੈਕਸਟ ਕੀ ਹੈ ਨਿਊਕਲੀਅਰ ਪਾਵਰ ਪਲਾਂਟ ਠੀਕ ਹੈ ਇਹਦੇ ਨਾਲ ਲਗਭਗ ਆਪਾਂ 2% ਜਿਹੜੀ ਇਲੈਕਟ੍ਰੀਕਲ ਊਰਜਾ ਇੰਡੀਆ ਜਨਰੇਟ ਹੋ ਰਹੀ ਹੈ ਉਹ ਨਿਊਕਲੀਅਰ ਪਾਵਰ ਪਲਾਂਟਸ ਦੇ ਵਿੱਚ ਹੋ ਰਹੀ ਹੈ ਨੈਕਸਟ ਹੁੰਦਾ ਹੈ ਡੀਜ਼ਲ ਠੀਕ ਹੈ ਡੀਜ਼ਲ ਡੀਜ਼ਲ ਦੇ ਨਾਲ 1% ਠੀਕ ਹੈ ਨੈਕਸਟ ਆਉਂਦੇ ਨੇ ਨਾਨ ਕਨਵੈਨਸ਼ਨਲ ਠੀਕ ਹੈ ਨੈਕਸਟ ਕੀ ਹੈ ਨਾਨ ਕਨਵੈਨਸ਼ਨਲ ਨਾਨ ਕਨਵੈਨਸ਼ਨਲ ਜਿੱਦਾਂ ਸੋਲਰ ਆ ਗਿਆ ਉਸ ਤੋਂ ਬਾਅਦ wind energy ਆ ਗਈ ਠੀਕ ਹੈ ਇਹਦੇ ਨਾਲ ਜਿਹੜੀ ਇਲੈਕਟ੍ਰੀਕਲ energy ਜਨਰੇਟ ਹੋ ਰਹੀ ਹੈ ਕਨਵੈਨਸ਼ਨਲ ਠੀਕ ਹੈ ਇਹਦੇ ਨਾਲ ਜਿਹੜੀ ਇਲੈਕਟ੍ਰੀਕਲ energy ਜਨਰੇਟ ਹੋ ਰਹੀ ਹੈ ਉਹ ਲਗਭਗ ਲਗਭਗ ਉਹ ਹੁੰਦੀ ਪਈ ਹੈ 12% 12% ਠੀਕ ਹੈ 12% ਜਿਹੜੀ ਇਲੈਕਟ੍ਰੀਕਲ એનર્ਜੀ ਜਨਰੇਟ ਹੋ ਰਹੀ ਹੈ ਨੈਕਸਟ ਆ ਗਿਆ ਨੈਕਸਟ ਕੁਐਸਚਨ ਉਹਦਾ ਫਿਰ ਸਹੀ ਆਨਸਰ ਕੀ ਹੋਇਆ ਉਹਦਾ ਸਹੀ ਆਨਸਰ ਹੋਇਆ A ਥਰਮਲ ਪਾਵਰ ਪਲਾਂਟਸ ਥਰਮਲ ਪਾਵਰ ਪਲਾਂਟ ਦੀ ਇਕੋਨੋਮਾਈਜ਼ਰ ਆਫ ਸਟੀਮ ਟਰਬਾਈਨ ਸਿਸਟਮ ਇਜ਼ ਲੋਕੇਟਡ ਇਨ ਦੀ ਠੀਕ ਹੈ ਇਕੋਨੋਮਾਈਜ਼ਰ ਨੂੰ ਸਟੀਮ ਟਰਬਾਈਨ ਸਿਸਟਮ ਦੇ ਵਿੱਚ ਆਪਾਂ ਕਿੱਥੇ ਲੋਕੇਟ ਕਰਦੇ ਹਾਂ ਠੀਕ ਹੈ ਫੀਡਿੰਗ ਵਾਟਰ ਸਰਕਟ ਠੀਕ ਹੈ ਫੀਡਿੰਗ ਵਾਟਰ ਸਰਕਟ ਇਨ ਦੀ ਫੀਡਿੰਗ ਵਾਟਰ ਸਰਕਟ ਓਕੇ ਨੈਕਸਟੇ ਦੀ ਫੰਕਸ਼ਨ ਆਫ ਕੰਡੈਂਸਰ ਇਨ ਥਰਮਲ ਪਾਵਰ ਪਲਾਂਟ ਇਸ ਕੰਡੈਂਸਰ ਦਾ ਕੰਮ ਕੀ ਹੈ ਥਰਮਲ ਪਾਵਰ ਪਲਾਂਟ ਦੇ ਵਿੱਚ ਕੰਡੈਂਸ ਯੂਸਡ ਸਟੀਮ ਇਨਟੂ ਵਾਟਰ ਇਹਦਾ ਕੰਮ ਕੀ ਹੈ ਕਿ ਇਹ ਸਟੀਮ ਨੂੰ ਵਾਟਰ ਚ ਕਨਵਰਟ ਕਰ ਦਿੰਦਾ ਹੈ ਠੀਕ ਹੈ ਇਸ ਤਰੀਕੇ ਦੇ ਕਹਿ ਲਓ ਕਿ ਕੰਡੈਂਸਰ ਜਿੱਦਾਂ ਹੁਣ ਉੱਥੇ 쿨ਿੰਗ ਟਾਵਰ ਹੀ ਲੱਗੇ ਹੁੰਦੇ ਆ ਉਹ ਵੀ ਇੱਕ ਤਰੀਕੇ ਦੇ ਨਾਲ ਕੰਡੈਂਸ ਹੀ ਕਰਦੇ ਆ ਇੱਥੋਂ ਸਟੀਮ ਗਈ ਠੀਕ ਹੈ ਇਸ ਤੋਂ ਬਾਅਦ ਕੀ ਆ ਇੱਥੇ ਜਿਹੜਾ ਪਾਣੀ ਆਈ ਜਾਣਾ ਕੋਲਡ ਵਾਟਰ ਠੀਕ ਹੈ ਇੱਥੇ ਹੌਟ ਤੇ ਇੱਥੋਂ ਕੀ ਨਿਕਲਣਾ ਹੈ ਕੋਲਡ ਓਕੇ ਕੰਡੈਂਸ ਕਰਨਾ ਮਤਲਬ ਕੰਡੈਂਸ ਜ਼ਰੂਰੀ ਹੈ ਕਿਉਂਕਿ ਜੇ ਪਾਣੀ ਚ ਨਾ ਬਦਲੇਗਾ ਤੇ ਉਹਦੇ ਪ੍ਰੈਸ਼ਰ ਜਿਹੜਾ ਵਾ ਉਹ ਉਸ ਤਰੀਕੇ ਦਾ ਮੇਨਟੇਨ ਨਹੀਂ ਕਰ ਪਾਏਗਾ ਜਿਹੜਾ ਸਟੀਮ ਦਾ ਪ੍ਰੈਸ਼ਰ ਏ ਉਹ ਮੇਨਟੇਨ ਨਹੀਂ ਹੋਏਗਾ ਨੈਕਸਟ ਡੈਸ਼ ਇਸ ਨਾਟ ਅ ਕੰਪੋਨੈਂਟ ਇਨ ਦੀ ਥਰਮਲ ਪਾਵਰ ਪਲਾਂਟ ਇਨਾਂ ਚ ਕਿਹੜਾ ਕੰਪੋਨੈਂਟ ਜਿਹੜਾ ਵਾ ਥਰਮਲ ਪਾਵਰ ਪਲਾਂਟ ਦਾ ਨਹੀਂ ਹੈਗਾ ਉਹ ਕਿਹੜੀ ਏ ਸੀ ਸੀ ਆਪਸ਼ਨ ਰੀਐਕਟਰ ਜਿਹੜਾ ਕੰਪੋਨੈਂਟ ਹੈਗਾ ਇਹ ਹੈਗਾ ਨਿਊਕਲੀਅਰ ਪਾਵਰ ਪਲਾਂਟ ਦਾ ਇਹ ਕਿਹਦਾ ਕੰਪੋਨੈਂਟ ਏ ਨਿਊਕਲੀਅਰ ਪਾਵਰ ਪਲਾਂਟ ਦਾ ਕੰਪੋਨੈਂਟ ਈ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਸਾਰੇ ਕੰਪੋਨੈਂਟ ਨੇ ਉਹ ਥਰਮਲ ਪਾਵਰ ਪਲਾਂਟ ਦੇ ਵਿੱਚ ਯੂਜ਼ ਹੋ ਰਹੇ ਨੇ। ਕਲੀਅਰ ਨੈਕਸਟ ਹੈਗਾ ਦੀ 에어 프리 ਹੀਟਰ ਇਨ ਥਰਮਲ ਪਾਵਰ ਪਲਾਂਟ ਇਜ਼ ਕਾਲਡ ਐਸ ਸੇਫਟੀ ਡਿਵਾਈਸ ਐਫੀਸ਼ੀਐਂਸੀ ਇਨਕਰੀਜ਼ਿੰਗ ਇਕੁਪਮੈਂਟ ਸਟਾਰਟਿੰਗ ਡਿਵਾਈਸ ਵੈਰੀ ਐਸੈਂਸ਼ੀਅਲ ਡਿਵਾਈਸ ਠੀਕ ਹੈ ਇਹਦੀ ਸਹੀ ਆਪਸ਼ਨ ਹੈਗੀ ਏ ਐਫੀਸ਼ੀਐਂਸੀ ਇਨਕਰੀਜ਼ਿੰਗ ਇਕੁਪਮੈਂਟ ਠੀਕ ਹੈ 에어 프리 ਹੀਟਰ ਦਾ ਕੰਮ ਕੀ ਹੁੰਦਾ ਹੈ ਕਿ ਹੁਣ ਕੋਲ ਨੂੰ ਬਲੰਦੇ ਲਈ ਠੀਕ ਹੈ ਕੋਲ ਦੀ ਕੰਬਸ਼ਨ ਦੇ ਲਈ ਸਾਨੂੰ 에ਅਰ ਦੀ ਜ਼ਰੂਰਤ ਹੁੰਦੀ ਹੈ ਤੇ 에ਅਰ ਜੇਕਰ ਆਪਾਂ ਠੰਡੀ ਮਤਲਬ ਹਵਾ ਜਿਹੜੀ ਆ ਜੇਕਰ ਆਪਾਂ ਬੋਇਲਰ ਦੇ ਵਿੱਚ ਦਵਾਂਗੇ ਤੇ ਉਹਦੇ ਨਾਲ ਕੀ ਹੋਏਗਾ ਸਾਡਾ ਜਿਹੜਾ ਬੋਇਲਰ ਕੂਲ ਡਾਊਨ ਹੋਏਗਾ ਮਤਲਬ ਠੰਡਾ ਹੋਏਗਾ ਕੰਬਸ਼ਨ ਪ੍ਰੋਪਰ ਨਹੀਂ ਹੋਏਗੀ ਠੀਕ ਹੈ ਇਸ ਕਰਕੇ ਕੀ ਕਰਦੇ ਆਪਾਂ 에ਅਰ ਨੂੰ ਵੀ ਗਰਮ ਕਰਕੇ ਗਰਮ 에ਅਰ ਹੀ ਬੋਇਲਰ ਦੇ ਵਿੱਚ ਪੀਸਦੀਆਂ ਓਕੇ ਤੇ ਜਿਹੜੀ ਗਰਮ 에ਅਰ ਹੁੰਦੀ ਹੈ ਕਿੱਥੇ ਗਰਮ ਕਰਦੇ ਹਾਂ ਉਹਨੂੰ 에ਅਰ ਪ੍ਰੀ ਹੀਟਰ ਦੇ ਵਿੱਚ ਠੀਕ ਹੈ ਜਿਹਦੇ ਨਾਲ ਕੀ ਹੁੰਦਾ ਕਿ ਐਫੀਸ਼ੀਐਂਸੀ ਜਿਹੜੀ ਆ ਬੋਇਲਰ ਦੀ ਇਨਕਰੀਜ਼ ਹੋ ਜਾਂਦੀ ਹੈ ਹੁਣ ਵੇਖੋ ਜੇ ਹਵਾ ਆਪਾਂ ਠੰਡੀ ਹੋਏਗੀ ਉਹ ਜਿਹੜਾ ਹੀਟ ਜ ਬੋਇਲਰ ਦੀ ਹੈਗੀ ਕੁਝ ਹੀਟ ਹਵਾ ਸੋਖ ਲੇਗੀ ਆਪਣੇ ਆਪ ਨੂੰ ਗਰਮ ਕਰਨ ਦੇ ਲਈ ਜਿਹਦੇ ਨਾਲ ਐਫੀਸ਼ੀਐਂਸੀ ਘਟ ਜਾਏਗੀ ਤੇ ਜੇਕਰ ਆਪਾਂ ਗਰਮ ਹਵਾ ਹੀ ਉਹਨੂੰ ਦਵਾਂਗੇ ਤੇ ਉਹਦੇ ਨਾਲ ਕੀ ਹੋਏਗਾ ਕਿ ਉਹ ਜਿਹੜੀ ਹਵਾ ਗਰਮੀ ਉਹਨੇ ਸੋਖਣੀ ਹਵਾ ਨੇ ਉਹ ਨਹੀਂ ਸੋਖੇਗੀ ਜਿਹਦੇ ਕਰਕੇ ਐਫੀਸ਼ੀਐਂਸੀ ਜਿਹੜੀ ਇਨਕਰੀਜ਼ ਹੋ ਜਾਏਗੀ next 16 number the overall efficiency of a steam power plant is about the okay, overall efficiency jehdi hai steam power plant di kinni hai okay edi efficiency hagi hai lagbhag 29% kinni hai lagbhag 29% ਠੀਕ ਹੈ ਇਹਦੇ ਵਿੱਚ ਮੈਂ ਕੁਝ ਪਲਾਂਟਸ ਹੈਗੇ ਆ ਜਿਨ੍ਹਾਂ ਦੀ ਐਫੀਸ਼ੀਐਂਸੀ ਲਿਖ ਦਿੰਨਾ ਵਾ ਸਭ ਤੋਂ ਪਹਿਲਾਂ ਕੀ ਹੈ ਥਰਮਲ ਪਾਵਰ ਪਲਾਂਟ ਥਰਮਲ ਪਾਵਰ ਪਲਾਂਟ ਓਕੇ ਇਹਦੀ ਐਫੀਸ਼ੀਐਂਸੀ ਹੈਗੀ 29% ਇਹ ਯਾਦ ਕਰ ਲਿਓ ਸਾਰੇ ਫਿਗਰ ਠੀਕ ਹੈ ਨੈਕਸਟ ਆ ਗਿਆ ਨਿਊਕਲੀਅਰ ਪਾਵਰ ਪਲਾਂਟ ਨਿਊਕਲੀਅਰ ਪਾਵਰ ਪਲਾਂਟ ਇਹਦੀ ਐਫੀਸ਼ੀਐਂਸੀ ਹੈਗੀ ਆ 35% ਕਿੰਨੀ ਹੈ 35% ਨੈਕਸਟ ਹੈਗਾ ਹਾਈਡਰੋ ਪਾਵਰ ਪਲਾਂਟ ਨੈਕਸਟ ਕੀ ਹੈ ਹਾਈਡਰੋ ਪਾਵਰ ਪਲਾਂਟ ਠੀਕ ਹੈ ਨੈਕਸਟ ਹੈਗਾ ਹਾਈਡਰੋ ਪਾਵਰ ਪਲਾਂਟ ਇਹਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਹੈਗੀ ਹੈ 85% ਕਿੰਨੀ ਹੈ 85% ਨੈਕਸਟ ਹੈ ਡੀਜ਼ਲ ਪਾਵਰ ਪਲਾਂਟ ਡੀਜ਼ਲ ਪਾਵਰ ਪਲਾਂਟ ਇਹਦੀ ਐਫੀਸ਼ੀਐਂਸੀ ਹੈਗੀ ਹੈ 42% ਕਿੰਨੀ ਹੈ 42% ਨੈਕਸਟ ਹੈਗਾ ਗੈਸ ਪਾਵਰ ਪਲਾਂਟ ਗੈਸ ਪਾਵਰ ਪਲਾਂਟ ਗੈਸ ਪਾਵਰ ਪਲਾਂਟ ਠੀਕ ਹੈ ਇਹਦੀ ਐਫੀਸ਼ੀਐਂਸੀ ਹੈ ਕਿ ਇਹ 40% ਕਿੰਨੀ ਹੈ 40% ਠੀਕ ਹੈ ਸਭ ਤੋਂ ਜ਼ਿਆਦਾ ਕਿਹਦੀ ਹੈ ਹਾਈਡਰੋ ਪਾਵਰ ਪਲਾਂਟ ਦੀ ਸਭ ਤੋਂ ਘੱਟ ਕਿਹਦੀ ਹੈ ਥਰਮਲ ਪਾਵਰ ਪਲਾਂਟ ਦੀ ਕਿਹਦੀ ਹੈ ਥਰਮਲ ਪਾਵਰ ਪਲਾਂਟ ਦੀ ਨੈਕਸਟ ਹੈਗਾ ਕੋਲ ਯੂਸਡ ਇਨ ਪਾਵਰ ਪਲਾਂਟ ਇਜ਼ ਆਲਸੋ ਨੋਨ ਐਸ ਕਿਹੜਾ ਕੋਲ ਜਿਹੜਾ ਵਾ ਆਪਾਂ ਪਾਵਰ ਪਲਾਂਟ ਦੇ ਵਿੱਚ ਯੂਜ਼ ਕਰਦੇ ਆ ਉਹ ਹੈਗਾ ਵਾ ਸਟੀਮ ਕੋਲ ਕਿਹੜਾ ਸਟੀਮ ਕੋਲ ਕਿਹੜਾ ਹੈ ਸਟੀਮ ਕੋਲ ਨੈਕਸਟ ਹੈਗਾ ਇਹ ਦੀ ਪ੍ਰਾਈਮ ਮੂਵਰ ਯੂਜ਼ਡ ਇਨ ਥਰਮਲ ਪਾਵਰ ਪਲਾਂਟ ਇਜ਼ ਸਟੀਮ ਟਰਬਾਈਨ ਠੀਕ ਹੈ ਪ੍ਰਾਈਮ ਮੂਵਰ ਜਿਹੜਾ ਪ੍ਰਾਈਮ ਮੂਵਰ ਆਲਟਰਨੇਟਰ ਨੂੰ ਘੁਮਾਏਗਾ ਉਹ ਕਿਹੜਾ ਹੈ ਸਟੀਮ ਟਰਬਾਈਨ ਉਹ ਕਿਹੜਾ ਹੈ ਸਟੀਮ ਟਰਬਾਈਨ ਉਸ ਤੋਂ ਬਾਅਦ ਕੀ ਹੈ ਵਿਚ ਆਫ ਦੀ ਫੋਲੋਇੰਗ ਫਿਊल्स ਇਜ਼ ਯੂਜ਼ਡ ਐਜ਼ ਅ ਫੋਸਿਲ ਫਿਊਲ ਇਨ ਇਲੈਕਟ੍ਰਿਕ ਜਨਰੇਸ਼ਨ ਫੋਸਿਲ ਫਿਊਲ ਆਪਾਂ ਕਿਹੜਾ ਯੂਜ਼ ਕਰਦੇ ਆ ਜਿਹੜਾ ਇਲੈਕਟ੍ਰੀਕਲ ਪਾਵਰ ਦੀ ਜਨਰੇਸ਼ਨ ਦੇ ਵਿੱਚ ਹੈਲਪ ਕਰਦਾ ਹੈ ਉਹ ਕਿਹੜਾ ਹੈ ਕੋਲ ਠੀਕ ਹੈ ਉਹ ਕਿਹੜਾ ਹੈ ਕੋਲ ਕੋਲ ਫਿਊਲ ਆਪਾਂ ਯੂਜ਼ ਕਰਦੇ ਆ ਇਲੈਕਟ੍ਰਿਕ ਪਾਵਰ ਦੀ ਜਨਰੇਸ਼ਨ ਦੇ ਲਈ ਓਕੇ ਨੈਕਸਟ which of the following coals has the highest calorific value ਠੀਕ ਹੈ ਹਾਈਸਟ ਕੈਲੋਰੀਫਿਕ ਇਹਨਾਂ ਦੇ ਵਿੱਚੋਂ ਕਿਸ ਫਿਊਲ ਦੀ ਹੈ ਕੈਲੋਰੀਫਿਕ ਵੈਲਿਊ ਮਤਲਬ ਕਿ ਕਿਸ ਫਿਊਲ ਦੀ ਹੈ ਮਤਲਬ ਕਿਹੜਾ ਕੋਲ ਜਿਹੜਾ ਵਾ ਜਿਆਦਾ ਮਤਲਬ ਹੀਟ ਦੇਵੇਗਾ ਸਾਨੂੰ ਸੇਮ ਕੁਆਂਟੀਟੀ ਮਤਲਬ ਸਾਰਿਆਂ ਦੀ ਜੇਕਰ ਸੇਮ ਕੁਆਂਟੀਟੀ ਹੋਵੇ ਠੀਕ ਹੈ ਇਹਦੀ ਸਹੀ ਆਪਸ਼ਨ ਕੀ ਹੈ ਡੀ ਐਂਥਰਾਸਾਈਟ ਡੀ ਐਂਥਰਾਸਾਈਟ ਠੀਕ ਹੈ ਐਂਥਰਾਸਾਈਟ ਲਗਭਗ 7600 ਤੋਂ 7800 ਕਿਲੋ ਕੈਲਰੀ ਠੀਕ ਹੈ 7800 ਕਿਲੋ ਕੈਲਰੀ ਜਿਹੜਾ ਵਾ ਹੀਟ ਦਿੰਦਾ ਹੈ ਠੀਕ ਹੈ ਕੈਲਰੀ ਕਿਲੋ ਪਰ ਕਿਲੋਗ੍ਰਾਮ ਇਹਦੀ ਕਲੋਰੀਫਿਕ ਵੈਲਿਊ ਇੰਨੀ ਹੁੰਦੀ ਹੈ ਠੀਕ ਹੈ ਨੈਕਸਟ ਹੈਗਾ ਬਿਟੂਮਿਨਸ ਇਹਦੀ ਹੁੰਦੀ ਹੈ 4200 ਤੋਂ 7000 4200 ਤੋਂ 7000 ਕਿਲੋ ਕੈਲਰੀ ਪਰ ਕੇਜੀ 1 ਕਿਲੋ ਦੇ ਵਿੱਚ ਉਹ ਇੰਨੀ ਮਤਲਬ ਉਹਦੀ ਕਲੋਰੀਫਿਕ ਵੈਲਿਊ ਹੋਏਗੀ ਇੰਨੀ ਹੀਟ ਮਤਲਬ ਦੇਵੇਗਾ ਨੈਕਸਟ ਹੈਗਾ ਲਿਗਨਾਈਟ ਲਿਗਨਾਈਟ ਦੀ ਹੁੰਦੀ ਹੈ 4200 ਠੀਕ ਹੈ 4200 ਕਿਲੋ ਕੈਲਰੀ ਪਰ ਕੇਜੀ ਠੀਕ ਹੈ ਸਾਰਿਆਂ ਦਾ ਜਿਹੜਾ ਆਪਾਂ ਲੈ ਰਹੇ ਆ ਉਹ ਆਪਾਂ 1 ਕੇਜੀ ਦੇ ਹਿਸਾਬ ਨਾਲ ਹੀ ਲੈ ਰਹੇ ਆ ਉਸ ਤੋਂ ਬਾਅਦ ਹੁੰਦਾ ਪੀਟ ਇਹਨਾਂ ਨੂੰ ਯਾਦ ਕਰ ਲਿਓ ਠੀਕ ਹੈ ਪੀੜ ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਹੁੰਦੀ ਹੈ 3500 ਕਿਲੋ ਕੈਲਰੀ 3500 ਕਿਲੋ ਕੈਲਰੀ ਪਰ ਕੇਜੀ ਕਿਲੋ ਕੈਲਰੀ ਪਰ ਕੇਜੀ ਠੀਕ ਹੈ ਉਸ ਤੋਂ ਬਾਅਦ ਕੀ ਆ ਗਿਆ ਮੋਸਟ ਆਫ ਦੀ ਜਨਰੇਟਰਸ ਇਨ ਥਰਮਲ ਪਾਵਰ ਪਲਾਂਟ ਰਨ ਐਟ ਪਲਾਂਟ ਰਨ ਐਟ ਠੀਕ ਹੈ ਕਿੰਨੇ ਤੇ ਚੱਲਦੇ ਨੇ 3000 ਆਰਪੀਐਮ ਤੇ 3000 ਆਰਪੀਐਮ ਤੇ ਨੈਕਸਟ ਦੀ ਪੀ ਐਚ ਵੈਲਿਊ ਆਫ ਵਾਟਰ ਯੂਜ਼ਡ ਫਾਰ ਬੋਇਲਰ ਆਫ ਥਰਮਲ ਪਾਵਰ ਪਲਾਂਟ ਇਜ਼ ਜਿਹੜਾ ਪਾਣੀ ਆਪਾਂ ਯੂਜ਼ ਕਰਦੇ ਉਹਦੀ ਪੀ ਐਚ ਵੈਲਿਊ ਕਿੰਨੀ ਹੁੰਦੀ ਹੈ ਉਹ ਹੁੰਦੀ ਹੈ ਸਲਾਈਟਲੀ ਮੋਰ ਦੈਨ 7 ਠੀਕ ਹੈ ਕਿਉਂਕਿ 7 ਕੀ ਹੈ ਨਿਊਟਰਲ ਹੈ ਠੀਕ ਹੈ ਤੇ ਜੇ 7 ਤੋਂ ਉੱਪਰ ਮਤਲਬ ਥੋੜਾ ਜਿਹਾ ਆਪਾਂ ਲੈਣੇ ਆ ਠੀਕ ਹੈ 7 ਤੋਂ ਥੱਲੇ ਐਸਿਡਿਕਾ 7 ਤੋਂ ਉੱਪਰ ਬੇਸਿਕਸ ਆ ਨੈਕਸਟ ਹੈਗਾ ਦੀ ਐਡਵਾਂਟੇਜ ਆਫ ਯੂਜ਼ਿੰਗ ਪਲਵਰਾਈਜ਼ਡ ਫਿਊਲ ਇਨਕਲੂਡ ਐਡਵਾਂਟੇਜ ਕੀ ਨੇ ਪਲਵਰਾਈਜ਼ਡ ਫਿਊਲ ਦੇ ਠੀਕ ਹੈ ਜੀ ਸਹੀ ਆਪਸ਼ਨ ਕੀ ਹੈ ਆਲ ਆਫ ਅਬਵ ਪਲਵਰਾਈਜ਼ ਕੀ ਹੁੰਦਾ ਕਿ ਜਿਹੜਾ ਕੋਲ ਵਾ ਨਾ ਉਹਨੂੰ ਇੰਨਾ ਬਰੀਕ ਕਰ ਦੇਈਦਾ ਵਾ ਕਿ ਉਹ ਜਿੱਦਾਂ ਆਪਾਂ ਹੱਥ 'ਚ ਜੇਕਰ ਆਪਾਂ ਫੜਾਂਗੇ ਸਾਨੂੰ ਲੱਗੇਗਾ ਜਿੱਦਾਂ ਪਾਊਡਰ ਫੜਿਆ ਹੋਇਆ ਹੈ ਠੀਕ ਹੈ ਬਿਲਕੁਲ ਬਰੀਕ ਕਰ ਦਿੰਦਾ ਹੈ ਤੇ ਉਹਦੇ ਫਾਇਦੇ ਕੀ ਆ ਉਹਦੇ ਨਾਲ ਇੱਕ ਤੇ ਬੋਇਲਰ ਦੀ ਐਫੀਸ਼ੀਐਂਸੀ ਵਧਦੀ ਹੈ ਦੂਜਾ ਕੀ ਹੈ ਈਜ਼ੀ ਤੇ ਕੰਪਲੀਟ ਕੰਬਸ਼ਨ ਮਤਲਬ ਵਧੀਆ ਤਰੀਕੇ ਦੇ ਨਾਲ ਜਿਹੜੀ ਕੋਲੇ ਦੀ ਕੰਬਸ਼ਨ ਹੋ ਜਾਂਦੀ ਹੈ ਤੇ ਤੀਜਾ ਕੀ ਹੈ ਕਿ ਲੋਅ 에ਅਰ ਰਿਕੁਆਇਰਮੈਂਟ ਉਹਨਾਂ ਜਿਹੜੀ 에ਅਰ ਵੀ ਚਾਹੀਦੀ ਉਹਦੀ ਵੀ ਘੱਟ ਹੋਏਗੀ ਜਿੰਨਾ ਮਤਲਬ ਬਰੀਕ ਹੋਏਗਾ ਉਹਨਾਂ ਤੁਹਾਨੂੰ ਪਤਾ ਉਹ ਹਵਾ ਚ ਹੀ ਭਲ ਜਾਂਦਾ ਥੱਲੇ ਬੈਂਦਾ ਹੀ ਨਹੀਂ ਹੈਗਾ ਜਿੱਦਾਂ ਮਤਲਬ ਬੋਇਲਰ ਦੇ ਵਿੱਚ ਗਿਆ ਉਹਨੇ ਹਵਾ ਚ ਹੀ ਕੋਲੇ ਨੇ ਭਲ ਜਾਣਾ ਹੈ ਠੀਕ ਹੈ ਨੈਕਸਟ ਦੀ ਨੇਮ ਆਫ ਅ ਕਨੋਮਾਈਜ਼ਰ ਇਜ਼ ਰਿਲੇਟਡ ਵਿਦ ਵਨ ਆਫ ਦੀ ਫਾਲੋਇੰਗ ਪਾਵਰ ਪਲਾਂਟਸ ਠੀਕ ਹੈ ਇਹਨਾਂ ਚੋਂ ਕਿਹੜਾ ਪਾਵਰ ਪਲਾਂਟ ਹੈ ਜਿਹਦੇ ਨਾਲ ਇਕੋਨੋਮਾਈਜ਼ਰ ਥਰਮਲ ਰਿਲੇਟਡ ਹੈਗੀ ਹੈ ਉਹ ਕਿਹੜਾ ਹੈ ਥਰਮਲ ਪਾਵਰ ਪਲਾਂਟ ਠੀਕ ਹੈ ਕਿੰਨੀ ਵਾਰੀ ਆਪਾਂ ਪੜ੍ਹ ਲਿਆ ਤੇ ਲਾਸਟ ਵਨ ਇਜ਼ ਵਿਚ ਆਫ ਦੀ ਫੋਲੋਇੰਗ ਫਿਊल्स ਹੈਵ ਦੀ ਲੋਇਸਟ ਕਲੋਰੀਫਿਕ ਵੈਲਿਊ ਇਹਨਾਂ ਚੋਂ ਸਭ ਤੋਂ ਘੱਟ ਕਲੋਰੀਫਿਕ ਵੈਲਿਊ ਕਿਹਦੀ ਹੈ ਇਹ ਇਹਨਾਂ ਫਿਊल्स ਦੀ ਆਪਾਂ ਗੱਲ ਕਰੀਏ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਘੱਟ ਜਿਹੜੀ ਕਲੋਰੀਫਿਕ ਵੈਲਿਊ ਹੈਗੀ ਆ ਉਹ ਹੈਗੀ ਏ ਲਿਗਨਾਈਟ ਦੀ ਠੀਕ ਹੈ ਕਿੰਨੀ ਹੈ ਕਿਹਦੇ ਕਿਹਦੀ ਹੈ ਲਿਗਨਾਈਟ ਦੀ ਠੀਕ ਹੈ ਐਂਥਰਾਸਾਈਟ ਕੋਲ ਦੀ ਮੈਂ ਪਹਿਲਾਂ ਵੀ ਦੱਸੀ ਹੈ ਕਿ 7800 ਦੇ ਕਰੀਬ ਹੈ ਠੀਕ ਹੈ ਤਾਂ 7800 ਕਿਲੋ ਕੈਲਰੀ ਤੱਕ ਹੁੰਦੀ ਹੈ ਪਰ ਕੇਜੀ ਠੀਕ ਹੈ ਉਸ ਤੋਂ ਬਾਅਦ ਲਿਗਨਾਈਟ ਦੀ ਤੁਹਾਨੂੰ ਦੱਸੀ ਹੈ ਠੀਕ ਹੈ ਲਿਗਨਾਈਟ ਦੀ ਵੀ ਆਪਾਂ ਡਿਸਕਸ ਕੀਤੀ ਹੈ ਉੱਪਰ ਕਿ ਲਗਭਗ 4200 ਤੱਕ ਹੁੰਦੀ ਹੈ ਠੀਕ ਹੈ ਜਿਹੜੀ ਪੈਟਰੋਲ ਦੀ ਹੁੰਦੀ ਹੈ ਉਹ ਹੁੰਦੀ ਹੈ 11110 ਕਿਲੋ ਕੈਲਰੀ ਪਰ ਕੇਜੀ ਠੀਕ ਹੈ ਡੀਜ਼ਲ ਆਇਲ ਦੀ ਹੁੰਦੀ ਹੈ 10800 ਕਿਲੋ ਕੈਲਰੀ ਪਰ ਕੇਜੀ ਓਕੇ ਇਹ ਜਿਹੜੇ ਕੁਐਸਚਨਸ ਅੱਜ ਮੈਂ ਕਰਵਾਏ ਨੇ ਇਹਤੇ ਥੋੜਾ ਜਿਹਾ ਧਿਆਨ ਦੇ ਦਿਓ ਜਿਹੜੀਆਂ টারਮਸ ਕਰਵਾਈਆਂ ਨੇ ਉਹ ਤੁਸੀਂ ਯਾਦ ਕਰ ਲਿਓ ਠੀਕ ਹੈ ਜਿਹੜੀਆਂ ਵੈਲਿਊਜ਼ ਕਰਵਾਈਆਂ ਨੇ ਉਹਨੂੰ ਵੀ ਤੁਸੀਂ ਯਾਦ ਕਰ ਲਿਓ ਓਕੇ ਥੈਂਕ ਯੂ